ਮੈਂ ਹਾਂ ਜਗਰੂਪ ਬਰਾੜ MLA ਸਰੀ ਫਲੀਟਵੁੱਡ। ਪਿਛਲੇ ਹਫ਼ਤੇ ਆਏ ਤੂਫਾਨ ਅਤੇ ਹੜ੍ਹਾਂ ਨਾਲ ਸੰਬੰਧਿਤ ਅੱਜ December 9, 2021 ਦੇ ਅਪਡੇਟਸ ਇਸ ਪ੍ਰਕਾਰ ਹਨ। ਮੌਸਮ ਸੰਬੰਧੀ ਲੇਟੈਸਟ ਜਾਣਕਾਰੀ ਅਤੇ ਸੁਝਾਅ। ਮੈਂ ਸਭ ਤੋਂ ਪਹਿਲਾਂ ਤਾਂ BC ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਵੀਕਐਂਡ ਭਾਰੀ ਵਿੰਟਰ ਸਟੋਰਮ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਜੇ ਤੁਸੀਂ ਸੂਬੇ ਦੇ ਕਿਸੇ ਵੀ ਹਿੱਸੇ ਦੇ ਵਿੱਚ ਟਰੈਵਲ ਕਰਨਾ ਹੈ ਤਾਂ ਉਸ ਸੰਬੰਧੀ ਮੁਕੰਮਲ ਤਿਆਰੀ ਕਰਕੇ ਜਾਓ ਜੀ। ਵਿਸ਼ੇਸ਼ ਤੌਰ ਦੇ ਉੱਤੇ ਮੈਂ ਟਰੱਕ ਡਰਾਈਵਰਸ ਅਤੇ ਕਮਰਸ਼ੀਅਲ ਡਰਾਈਵਰਸ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਜੇ ਇਨਵਾਇਰਮੈਂਟ ਕੈਨੇਡਾ ਵੱਲੋਂ ਕਿਸੇ ਵੀ ਅਲਰਟ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਸੰਬੰਧੀ ਮੁਕੰਮਲ ਪ੍ਰਕਾਸ਼ਨ ਯਾਨੀ ਸਾਵਧਾਨੀਆਂ ਲੈ ਕੇ ਟਰੈਵਲ ਲਈ ਤੁਰੋ। Number 2, ਰਿਕਵਰੀ ਅਤੇ ਰੀਬਿਲਡਿੰਗ। ਸੂਬੇ ਦੇ ਲੋਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰੇ ਹਨ ਪਿਛਲੇ ਹਫ਼ਤੇ, ਅਤੇ ਤਿੰਨੇ ਪੱਧਰ ਦੀਆਂ ਸਰਕਾਰਾਂ ਨੇ ਲਗਾਤਾਰ ਕੋਸ਼ਿਸ਼ ਕਰਕੇ BC ਦੇ ਲੋਕਾਂ ਦੀ ਇਸ ਔਖੀ ਘੜੀ ਦੇ ਵਿੱਚ ਮਦਦ ਕੀਤੀ ਹੈ ਅਤੇ ਕਰ ਰਹੀ ਹੈ। ਪਹਿਲਾ ਪੜਾਅ ਸਾਡਾ ਲੋਕਾਂ ਦੀ ਸੇਫਟੀ ਨੂੰ ਯਕੀਨੀ ਬਣਾਉਣਾ ਸੀ, ਪਰ ਹੁਣ ਰਿਕਵਰੀ ਅਤੇ ਰੀਬਿਲਡਿੰਗ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਇਸ ਨੂੰ ਅਸੀਂ ਬੜੀ ਤੇਜ਼ੀ ਦੇ ਨਾਲ ਮੁਕੰਮਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਹਾਂ, ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ। Number 3, ਹਾਈਵੇ ਪ੍ਰਤੀ ਲੇਟੈਸਟ ਜਾਣਕਾਰੀ। ਕੋਕਾਹਲ ਹਾਈਵੇ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਟੈਂਪਰੇਰੀ ਰਿਪੇਅਰ ਦਾ ਕੰਮ ਇਸ ਵੇਲੇ ਚੱਲ ਰਿਹਾ, ਜਿਸ ਨੂੰ ਜਨਵਰੀ ਦੇ ਵਿੱਚ ਮੁਕੰਮਲ ਕਰਨ ਦੀ ਪੂਰੀ ਸੰਭਾਵਨਾ ਹੈ। ਪਰ ਜਦੋਂ ਤੱਕ ਕੋਕਾਹਲ ਦੇ ਉੱਤੇ ਕਮਰਸ਼ੀਅਲ ਜਿਹੜੀ ਟ੍ਰੈਫਿਕ ਹੈ ਉਹਨੂੰ ਦੁਬਾਰਾ ਸ਼ੁਰੂ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਦੇ ਲਈ Highway 3 ਦੇ ਉੱਤੇ ਮੁੱਖ ਤੌਰ ਦੇ ਉੱਤੇ ਸੈਮੀ ਟ੍ਰੇਲਰ ਟਰੱਕ ਹੀ ਚਲਾਏ ਜਾਣਗੇ, ਅਤੇ Highway 99 ਦੇ ਉੱਤੇ ਵੀ ਸਿਰਫ ਅਸੈਂਸ਼ਲ ਵਹੀਕਲ ਹੀ ਚੱਲ ਸਕਣਗੇ, ਜੋ ਕਿਊਬ ਟਰੱਕ ਨਾਲੋਂ ਵੱਡੇ ਨਹੀਂ ਹੋ ਸਕਦੇ। ਹੋਲੀਡੇ ਟਰੈਵਲ, ਸਰਦ ਰੁੱਤ ਦੀਆਂ ਛੁੱਟੀਆਂ ਸਮੇਂ ਯਾਤਰਾ। ਅਸੀਂ ਸਮਝਦੇ ਹਾਂ ਕਿ ਆ ਰਹੇ ਹੋਲੀਡੇ ਸੀਜ਼ਨ ਸਮੇਂ ਪਰਿਵਾਰਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ, ਪਰ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਈਵੇ ਇਸ ਸਮੇਂ ਲੋਕਾਂ ਅਤੇ ਟੂਰਿਜ਼ਮ ਬਿਜ਼ਨਸ ਲਈ ਇੱਕ ਬਹੁਤ ਵੱਡਾ ਅੜਿੱਕਾ ਬਣ ਚੁੱਕੇ ਹਨ। ਇਸ ਲਈ ਅਸੀਂ ਟੂਰਿਜ਼ਮ ਅਤੇ ਏਅਰਲਾਈਨਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਟਰੈਵਲ ਕਰਨ ਦੇ ਲਈ ਬਦਲ ਲੱਭੇ ਹਨ। ਲੋਅਰ ਮੇਨਲੈਂਡ ਤੋਂ ਕਲੋਨਾ ਅਤੇ ਕੈਮਰੂਸ ਜਾਣ ਲਈ ਬੱਸ ਸਰਵਿਸ ਮੁਹੱਈਆ ਕੀਤੀ ਜਾਏਗੀ, ਜੋ ਈ ਬੱਸ, ਰਾਈਡਰ ਐਕਸਪ੍ਰੈਸ, ਮੈਨ ਮਾਈਕ ਬੱਸ ਕੰਪਨੀਆਂ ਵੱਲੋਂ ਪ੍ਰਦਾਨ ਕੀਤੀ ਜਾਏਗੀ, ਅਤੇ ਵੈਨਕੂਵਰ ਅਤੇ ਐਬਟਸਫੋਰਡ ਏਅਰਪੋਰਟ ਤੋਂ ਕਲੋਨਾ, ਕੈਮਲੂਪਸ, ਪ੍ਰਿੰਸ ਜਾਰਜ, ਵਰਨਨ ਅਤੇ ਪਟਿੰਗਟਨ ਵਗੈਰਾ ਲਈ ਫਲਾਈਟਾਂ ਵੀ ਵਧਾਈਆਂ ਜਾ ਰਹੀਆਂ। ਅਸੀਂ ਲੋਕਾਂ ਦੀ ਸੇਫ ਟਰੈਵਲ ਦੇ ਲਈ ਇਸ ਸਮੇਂ ਉਹਦਾ ਪ੍ਰਬੰਧ ਕਰਨ ਦੇ ਲਈ ਹਮੇਸ਼ਾ ਯਤਨਸ਼ੀਲ ਹਾਂ। ਮੈਂ ਲੋਕਾਂ ਦਾ ਉਹਨਾਂ ਦੇ ਸਹਿਯੋਗ ਦੇ ਲਈ ਅਤੇ ਉਹਨਾਂ ਦੇ ਸਬਰ ਦੇ ਲਈ ਤਹਿ ਦਿਲੋਂ ਧੰਨਵਾਦ ਕਰਦਾ। ਇਹ ਸਨ ਅੱਜ ਦੇ 9 December 2021 ਦੇ ਅਪਡੇਟਸ। ਅਗਲੇ ਅਪਡੇਟਸ ਲੋੜ ਪੈਣ ਮੁਤਾਬਕ ਦੁਬਾਰਾ ਲੈ ਕੇ ਫਿਰ ਹਾਜ਼ਰ ਹੋਵਾਂਗਾ। ਮਿਹਰਬਾਨੀ, ਧੰਨਵਾਦ।